ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਰੀਜ਼ਾਂ ਨੂੰ ਲੈ ਕੇ ਸਾਰੀਆਂ ਸਰਕਾਰਾਂ ਚਿੰਤਤ ਨੇ ਪਰ ਕਿਤੇ ਨਾ ਕਿਤੇ ਸ਼ੰਕਾ ਵੀ ਜ਼ਾਹਰ ਹੋ ਰਹੀ ਹੈ ਕਿਉਂਕਿ ਪੰਜਾਬ ਵਿੱਚ ਹਰ ਇੱਕ ਮੌਤ ਨੂੰ ਕੋਰੋਨਾ ਵਾਇਰਸ ਨਾਲ ਜੋੜ ਕੇ ਦੇਖਿਆ ਜਾ ਰਿਹਾ। ਉੱਥੇ ਹੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਵਾਰ ਕਿਸੇ ਵੀ ਕੀਮਤ 'ਤੇ ਗੁਰਦੁਆਰਾ ਸਾਹਿਬ ਬੰਦ ਨਹੀਂ ਕੀਤੇ ਜਾਣਗੇ ਅਤੇ ਹਰੇਕ ਸ਼ਰਧਾਲੂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਵਿੱਚ ਜਾ ਕੇ ਨਤਮਸਤਕ ਹੋ ਸਕਣਗੇ। ਦੇਖੋ ਗੱਲ ਇਹ ਹੈ ਕਿ ਇਸ 'ਚ ਤਾਂ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਮੌਤਾਂ ਨੇ ਜਾਂ ਬਿਮਾਰੀ ਹੈ ਉਹਦੀ ਮੌਤ ਦਰ ਜਿਹੜੀ ਵੱਧ ਗਈ, ਪਰ ਜਦੋਂ ਅਸੀਂ ਦੇਖੀਏ ਤਾਂ ਜਦੋਂ ਇਹ ਨਹੀਂ ਸੀ ਟੈਸਟ ਹੋ ਰਿਹਾ ਜਾਂ ਜਦੋਂ ਵੈਕਸੀਨੇਸ਼ਨ ਨਹੀਂ ਸੀ ਲਾ ਰਹੇ, ਜਦੋਂ ਇਹਨਾਂ ਨੇ ਖੋਲ੍ਹ ਦਿੱਤਾ ਗਿਆ ਸੀ, ਇਹਦਾ ਮਤਲਬ ਉਦੋਂ ਉਹ ਖਤਮ ਹੋ ਗਿਆ ਸੀਗਾ ਕਰੋਨਾ। ਮੌਤਾਂ ਤਾਂ ਉਦੋਂ ਵੀ ਹੋਈਆਂ, ਲੇਕਿਨ ਅੱਜ ਜਿਹੜੀ ਮੌਤ ਹੁੰਦੀ ਹੈ, ਭਾਵੇਂ ਕੋਈ ਕੈਂਸਰ ਨਾ ਹੋ ਜਾਵੇ, ਭਾਵੇਂ ਕੋਈ ਹਾਰਟ ਅਟੈਕ ਨਾ ਹੋ ਜਾਵੇ, ਭਾਵੇਂ ਕੋਈ ਸ਼ੂਗਰ ਨਾ ਹੋ ਜਾਵੇ, ਭਾਵੇਂ ਬਲੱਡ ਪ੍ਰੈਸ਼ਰ ਨਾ ਹੋ ਜਾਵੇ, ਕਿਸੇ ਵੀ ਕਾਰਨ ਜੇ ਕੋਈ ਮੌਤ ਹੁੰਦੀ ਹੈ ਤਾਂ ਹਰ ਮੌਤ ਨੂੰ ਉਹਦਾ ਕਰੋਨਾ ਦਾ ਰੂਪ ਦਿੱਤਾ ਜਾਂਦਾ। ਮੈਂ ਸਹਿਮਤ ਇਸ ਗੱਲ ਦੇ ਉੱਤੇ ਕਿ ਬਿਮਾਰੀ ਜਿਹੜੀ ਹੈ ਉਹ ਜਦੋਂ ਆਉਂਦੀ ਹੈ ਉਹ ਖਤਰਨਾਕ ਹੈ, ਲੇਕਿਨ ਸੁਚੇਤ ਕਰਨਾ ਸਰਕਾਰ ਦਾ ਫਰਕ ਹੈ, ਫਰਜ਼ ਹੈ, ਸਾਡਾ ਵੀ ਸੁਚੇਤ ਰਹਿਣਾ ਫਰਜ਼ ਹੈ, ਅਸੀਂ ਵੀ ਅਹਤਿਆਤ 'ਚ ਰਹਿਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਕਿਉਂਕਿ ਜੇ ਬਿਮਾਰੀ ਇੱਕ ਪਰਿਵਾਰ ਦੇ ਵਿੱਚ ਕਿਸੇ ਨੂੰ ਆਈ ਹੈ ਤਾਂ ਦੂਜੇ ਪਰਿਵਾਰ ਵਿੱਚ ਉਹ ਨਾ ਫੈਲੇ, ਇਹ ਬਿਲਕੁਲ ਸਹੀ ਹੈ। ਲੇਕਿਨ ਇੰਨਾ ਜੋ ਪੈਨਿਕ ਕਰ ਦਿੰਦੀ ਹੈ ਸਰਕਾਰ, ਤਾਂ ਮੈਨੂੰ ਇੱਦਾਂ ਲੱਗਦਾ ਕਿ ਪੈਨਿਕ ਹੋ ਕੇ ਹੀ ਬਿਮਾਰੀ ਵੱਧ ਜਾਂਦੀ, ਕਿਉਂਕਿ ਜਿਹੜੀ ਨੈਗੇਟਿਵਿਟੀ ਹੈ, ਨੈਗੇਟਿਵਿਟੀ ਬੰਦੇ ਦੀ ਵਿਲ ਪਾਵਰ ਜਿਹੜੀ ਹੈ ਉਹਨੂੰ ਘਟਾ ਦਿੰਦੀ ਹੈ। ਜਦੋਂ ਵਿਲ ਪਾਵਰ ਘਟ ਗਈ, ਵਿਲ ਪਾਵਰ ਘਟਣ ਦੇ ਨਾਲ ਉਸ ਬੰਦੇ ਦੇ ਵਿੱਚ ਆਟੋਮੈਟਿਕਲੀ ਇਮਿਊਨਿਟੀ ਜਿਹੜੀ ਹੈ ਉਹ ਡਾਊਨ ਹੋ ਜਾਂਦੀ। ਸੋ ਮੈਂ ਸਮਝਦੀ ਹਾਂ ਕਿ ਸਾਨੂੰ ਪੋਜ਼ੀਟਿਵ ਸੋਚਣਾ ਚਾਹੀਦਾ, ਪੋਜ਼ੀਟਿਵ ਰਹਿਣਾ ਚਾਹੀਦਾ, ਇੰਨੀ ਦਹਿਸ਼ਤ ਨਹੀਂ ਪਾਉਣੀ ਚਾਹੀਦੀ, ਲੋਕਾਂ ਨੂੰ ਸੁਚੇਤ ਜ਼ਰੂਰ ਕਰਨਾ ਚਾਹੀਦਾ ਵੀ ਸੰਜਮ 'ਚ ਰਹੋ, ਸੁਚੇਤ 'ਚ ਰਹੋ, ਅਹਿਤਿਆਤ ਰੱਖੋ। ਉਹ ਤਾਂ ਮੈਂ ਵੀ ਮੁਲਾਜ਼ਮਾਂ ਨੂੰ ਵੀ ਹਰ ਵੇਲੇ ਕਹਿੰਦੀ ਹਾਂ ਅਹਿਤਿਆਤ ਰੱਖ ਕੇ ਰਹੋ, ਮੁਲਾਜ਼ਮਾਂ ਨੂੰ ਸਾਰਿਆਂ ਨੂੰ ਅਧਿਕਾਰੀਆਂ ਨੂੰ ਕਿ ਸਾਰੇ ਮਾਸਕ ਪਾ ਕੇ ਰੱਖੋ, ਵਾਰ ਵਾਰ ਹੱਥ ਧੋਵੋ, ਸੈਨੇਟਾਈਜ਼ਰ ਦੀ ਵਰਤੋਂ ਕਰੋ, ਜਾਂ ਕੋਈ ਕਿਸੇ ਨੂੰ ਫਤਿਹ ਬੁਲਾਓ ਹੱਥ ਨਾ ਮਿਲਾਓ, ਇਹ ਚੀਜ਼ਾਂ 'ਤੇ ਸਾਡਾ ਫਰਜ਼ ਹੈ। ਲੇਕਿਨ ਮੇਰਾ ਖਿਆਲ ਹੈ ਕਿ ਅੱਜ ਜਿਹੜੇ ਕਾਰੋਬਾਰ, ਪਹਿਲਾਂ ਵੀ ਇੱਕ ਸਾਲ ਹੋ ਗਿਆ ਲੋਕਾਂ ਦਾ ਕੋਈ ਕਾਰੋਬਾਰ ਨਹੀਂ ਚੱਲਿਆ, ਪਿਛਲੇ ਸਮੇਂ 'ਚ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਲੋਕਾਂ ਦੀ ਮਦਦ ਕਰਤੀ, ਹੁਣ ਕਿੰਨੀ ਕੁ ਦੁਨੀਆ ਜਿਹੜੀ ਹੈ ਮੁੜ ਮੁੜ ਕੇ ਮਦਦ ਕਰ ਸਕਦੀ ਹੈ, ਕਿੰਨਾ ਕੁ ਕੋਈ ਲੋਕ, ਪਹਿਲਾਂ ਅਸੀਂ ਵੀ ਮਹੀਨੇ ਦੀ ਗੱਲ ਹੈ, 15 ਦਿਨ ਦੀ ਗੱਲ ਹੈ, ਮਹੀਨੇ ਦੀ ਗੱਲ ਹੈ, 2 ਮਹੀਨੇ ਦੀ ਗੱਲ ਹੈ, ਲੇਕਿਨ ਹੁਣ ਜਦੋਂ ਵਾਰ ਵਾਰ ਇਹ ਪਤਾ ਲੱਗਿਆ ਕਿ ਸਾਲ ਪੂਰਾ ਹੀ ਬੰਦ ਹੋ ਗਿਆ, ਹੁਣ ਫਿਰ ਅੱਗੋਂ ਜਿਹੜਾ ਸ਼ੁਰੂ ਹੋ ਗਿਆ, ਹੁਣ ਜਿਹੜਾ ਇੱਕ ਪੂਰਾ ਲਗਾਤਾਰ ਸਾਲਾਂ ਬੱਧੀ ਜੇ ਇਹ ਕੰਮ ਹੋ ਜਾਣਗੇ, ਹੈ ਤਾਂ ਔਖਾ ਬੜਾ, ਰੁਜ਼ਗਾਰ ਖਤਮ ਹੋ ਗਏ ਹੈ, ਰੋਟੀ ਲੋਕ ਆਤਰ ਹੋ ਗਏ ਹੈ, ਔਰ ਆਮਦਨ ਜਿਹੜੀ ਜਦੋਂ ਖਤਮ ਹੋ ਜਾਏਗੀ ਲੋਕਾਂ ਦਾ ਜੀਵਨ ਦੁਰਲੱਭ ਹੋ ਜਾਏਗਾ। ਸੋ ਮੈਂ ਤਾਂ ਅਰਦਾਸ ਹੀ ਕਰ ਸਕਦੀ ਹਾਂ ਸੱਚੇ ਪਾਤਸ਼ਾਹ ਚਰਨਾਂ ਵਿੱਚ, ਅਤੇ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਇਹਨੂੰ ਸੁਚੇਤ ਕਰੋ, ਪੈਨਿਕ ਨਾ ਬਣਾਓ, ਲੋਕ ਡਰ ਜਾਣਗੇ। ਜਿਹੜਾ ਤੁਸੀਂ ਰਾਤੋਂ ਰਾਤ ਕੱਲ੍ਹ ਕਿਹਾ ਇਹਨਾਂ ਨੇ ਕਿ ਅੱਜ 8 ਵਜੇ ਤੋਂ ਹੀ ਸਾਰਾ ਲੋਕ ਜਿਹੜਾ ਬੰਦ ਹੋ ਗਿਆ, ਨਾਈਟ ਕਰਫਿਊ ਲੱਗ ਗਿਆ, ਇੱਕਦਮ ਜਿਹੜਾ ਕੋਈ ਦੂਰ ਗਿਆ ਹੋਊਗਾ ਫਟਾਫਟ ਗੱਡੀਆਂ ਭਜਾ ਕੇ ਆਇਆ ਹੋਏਗਾ, ਕੋਈ ਐਕਸੀਡੈਂਟ ਹੋ ਸਕਦਾ, ਕੋਈ ਚਿੰਤਾ ਲੱਗ ਸਕਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸਾਨੂੰ ਦਹਿਸ਼ਤ ਪਾਉਂਦੀਆਂ, ਦਹਿਸ਼ਤ ਨਹੀਂ ਪਾਉਣੀ ਚਾਹੀਦੀ, ਆਰਾਮ ਦੇ ਨਾਲ ਇੱਕ ਇੱਕ ਸਟੈਪ ਕਰਕੇ ਦੱਸਣਾ ਚਾਹੀਦਾ। ਇੱਕਦਮ ਸਾਰੇ ਜਦੋਂ ਹੁਕਮ ਸੁਣਾ ਦਿੰਦੇ ਹੈ ਵੀ ਇਹ ਸਾਰੇ ਕਾਰੋਬਾਰ ਬੰਦ, ਇਹ ਵੀ ਬੰਦ, ਇਹ ਵੀ ਬੰਦ, ਫਿਰ ਕਾਰੋਬਾਰਾਂ ਵਾਲੇ ਜਿਹੜੇ ਆ ਉਹਨਾਂ ਨੂੰ ਪਰੇਸ਼ਾਨੀ ਹੁੰਦੀ। ਬੀਬੀ ਜੀ, ਲੋਕਾਂ ਦੀ ਨਾਰਾਜ਼ਗੀ ਦਿਖ ਰਹੀ ਹੈ ਕਿ ਠੇਕੇ ਖੁੱਲ੍ਹੇ ਆ ਸ਼ਰਾਬ ਦੇ, ਰਾਸ਼ਨ ਦੀਆਂ ਦੁਕਾਨਾਂ ਬੰਦ ਆ, ਪੰਜਾਬ ਸਰਕਾਰ ਇਹਦੇ ਬਾਰੇ ਕਿਉਂ ਨਹੀਂ ਸੋਚ ਰਹੀ? ਦੇਖੋ, ਇਹੀ ਤਾਂ ਤਕਲੀਫ ਵੀ ਇਹਨਾਂ ਗੱਲਾਂ ਦੀ ਹੁੰਦੀ ਹੈ ਵੀ ਜਿਹੜੀ ਚੀਜ਼ ਤੋਂ ਬਿਨਾਂ ਸੜ ਸਕਦਾ ਉਹ ਬੰਦ ਕਰਦੇ ਆ, ਕਿਉਂਕਿ ਉਹ ਸਰਕਾਰ ਦੀ ਉੱਥੋਂ ਆਮਦਨ ਆਉਣੀ ਹੈ, ਅਤੇ ਖਾਸ ਕਰਕੇ ਜਿਹੜੇ ਇਹਨਾਂ ਦੇ ਦੂਜੇ ਹੁੰਦੇ ਆ ਮੰਤਰੀ ਵਗੈਰਾ, ਉਹ 2 ਨੰਬਰ ਦੀ ਸ਼ਰਾਬ ਵੀ ਲੈ ਕੇ ਉੱਥੇ ਵੇਚਦੇ ਆ। ਸੋ ਜਿਹੜੀਆਂ ਚੀਜ਼ਾਂ ਦਾ ਲੋਕਾਂ ਨੂੰ ਨੁਕਸਾਨ ਹੁੰਦਾ ਉਹ ਆਪਾਂ ਦੇਖੀਏ, ਜਿਹੜਾ ਲੋਕਾਂ ਦਾ ਕੋਈ ਫਾਇਦਾ ਹੁੰਦਾ ਉਸ ਚੀਜ਼ ਨੂੰ ਆਪਾਂ ਨੂੰ ਨਾ ਹੀ ਬੰਦ ਕਰਨਾ ਚਾਹੀਦਾ। ਸੋ ਇਹ ਸਰਕਾਰ ਨੇ ਸੋਚਣਾ ਜੀ, ਸਰਕਾਰ ਨੂੰ ਮੈਂ ਤਾਂ ਇੱਕੋ ਹੀ ਕਹਿੰਦੀ ਹਾਂ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਸੁਚੇਤ ਕਰਕੇ ਉਹਨਾਂ ਦੇ ਕਾਰੋਬਾਰ ਵੀ ਨਾ ਬੰਦ ਹੋਣ, ਉਹਨਾਂ ਦੀਆਂ ਡਿਸਟੈਂਸ ਵੀ ਬਣਾ ਕੇ ਰੱਖਣ, ਉਹਨਾਂ ਨੂੰ ਸੰਜਮ ਵਿੱਚ ਵੀ ਰਹਿਣ ਵਾਸਤੇ ਕਹਿਣ, ਅਤੇ ਲੋਕ ਆਪ ਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਉਹ ਆਪਣੇ ਆਪ ਹੀ ਇਸ ਗੱਲ ਦੇ ਉੱਤੇ ਹਤਾਤ ਵਰਤੋਂ ਕਰਨ। ਜਿਵੇਂ ਕਰੋਨਾ ਕਾਲ ਕਰਕੇ ਧਾਰਮਿਕ ਜਗ੍ਹਾ ਦੇ ਉੱਤੇ ਕੋਈ ਕੀਤਾ ਜਾਵੇਗਾ ਜੀ? ਦੇਖੋ, ਗੁਰੂ ਘਰ ਤਾਂ ਨਾ ਅੱਗੇ ਬੰਦ ਹੋਏ ਸੀ ਅਤੇ ਨਾ ਹੁਣ ਬੰਦ ਹੋਣੇ, ਜਿਹਦੀ ਆਸਥਾ ਜੁੜੀ ਹੈ ਉਹਨੇ ਅਕਸਰ ਆਉਣਾ ਹੀ ਹੈ ਗੁਰੂ ਘਰ 'ਚ, ਅਤੇ ਨਾ ਹੀ ਅਜੇ ਤੱਕ ਇਹ ਕਿਹਾ ਗਿਆ ਕਿ ਧਾਰਮਿਕ ਸਥਾਨ ਬੰਦ ਕੀਤੇ ਜਾਣ, ਇਹ ਕੋਈ ਨਾ ਨਹੀਂ ਕਿਹਾ ਸਾਨੂੰ। ਇਹ ਠੀਕ ਹੈ ਕਿ ਸੰਗਤ ਵਿੱਚ ਦਹਿਸ਼ਤ ਪੈ ਜਾਂਦੀ ਹੈ, ਉਹ ਘੱਟ ਆਉਣ ਲੱਗ ਪੈਂਦੇ ਹੈ,
संगत सोचती है कि जावे तो ज़्यादा रश होएगा, इस करके वो कट जाती है, ऑटोमैटिकली कट जाती है। लेकिन ये कोई सरकार वालों भी कोई ऐसी अज तक सू मैं नहीं लगता कि सू कोई किसी ने ऐलान किया हो कि गुरुद्वारे बंद करो ज इत संगत ना आए, पर फिर भी अपने आप ही ऑटोमैटिकली संगत का फर्क पै जाता।